ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬੀਏ ਸੈਮੈਸਟਰ 5 ਪੋਲੀਟੀਕਲ ਸਾਇੰਸ ਦੀਆਂ ਵੀਡੀਓਜ਼ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਫੋਰਥ ਨੰਬਰ ਟਾਪਿਕ ਬ੍ਰਿਟਿਸ਼ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਪਿਛਲੇ ਵੀਡੀਓ 'ਚ ਆਪਾਂ ਪੜਿਆ ਕਿ ਇੰਗਲੈਂਡ ਦੇ ਵਿੱਚ ਬ੍ਰਿਟੇਨ ਦੇ ਵਿੱਚ ਜਿਹੜਾ ਹੈ ਬਰਤਾਨਵੀ ਬਰਤਾਨਵੀ ਸੰਵਿਧਾਨ ਦੇ ਵਿੱਚ ਜਿਹੜਾ ਹੈ ਬ੍ਰਿਟਿਸ਼ ਸੰਵਿਧਾਨ ਦੇ ਵਿੱਚ ਜਿਹੜੀਆਂ ਹੈ ਮੁੱਖ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਕਿ ਇਹਦੇ ਵਿੱਚ ਜਿਹੜਾ ਹੈ ਲਿਖਤੀ ਸੰਵਿਧਾਨ ਹੈ ਰਾਜਿਆਂ ਦਾ ਤੰਤਰ ਹੈ ਪਰ ਫਿਰ ਵੀ ਸੰਸਦੀ ਪ੍ਰਣਾਲੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਸੁਤੰਤਰ ਨਿਆਂਪਾਲਿਕਾ ਲੋਕਤੰਤਰੀ ਵੀ ਇੱਥੋਂ ਦੇ ਜਿਹੜੇ ਹੈਗੀ ਹੈ ਅ ਰਾਜਨੀਤੀ ਹੈ ਤਾਂ ਇਸ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਕਿ ਇੰਗਲੈਂਡ ਦਾ ਸੰਵਿਧਾਨ ਜਿਹੜਾ ਹੈ ਵਿਸ਼ਵ ਦੇ ਪ੍ਰਮੁੱਖ ਸੰਵਿਧਾਨਾਂ ਵਿੱਚ ਮਹੱਤਵਪੂਰਨ ਸਥਾਨ ਹੈ ਬਹੁਤ ਸਾਰੇ ਸੰਵਿਧਾਨਾਂ ਨੇ ਇਵਨ ਸਾਡੇ ਵੀ ਸੰਵਿਧਾਨ ਦੇ ਵਿੱਚ ਜਿਹੜਾ ਹੈ ਬਹੁਤ ਕੁਝ ਜਿਹੜਾ ਹੈ ਸੰਵਿਧਾਨ ਤੋਂ ਇੰਗਲੈਂਡ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਇੰਗਲੈਂਡ ਦੇ ਸੰਵਿਧਾਨ ਦੇ ਵਿੱਚ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹੈ ਵਿਕਸਿਤ ਨਾ ਹੋ ਕੇ ਨਿਰਮਿਤ ਸੰਵਿਧਾਨ ਇਵੋਲਵਡ ਐਂਡ ਨਾਟ ਇਨੈਕਟਿਡ ਕਨਸਟੀਟਿਊਸ਼ਨ ਹੁਣ ਦੇਖੋ ਇਸ ਦਾ ਵਿਕਾਸ ਹੋਇਆ ਹੈ ਨਾ ਕਿ ਬਣਾਇਆ ਗਿਆ ਮਤਲਬ ਵਿਕਾਸ ਤਾਂ ਹੋ ਰਿਹਾ ਹੈ ਲੇਕਿਨ ਇਹ ਬਣਾਇਆ ਨਹੀਂ ਗਿਆ ਇੰਗਲੈਂਡ ਦੇ ਸੰਵਿਧਾਨ ਦਾ ਜਿਹੜੀ ਸ਼ੁਰੂਆਤ ਹੈ ਐਂਗਲੋ ਸੈਕਸ਼ਨ ਕਾਲ ਤੋਂ ਹੋ ਜਾਂਦੀ ਹੈ ਅਤੇ ਹੁਣ ਵੀ ਇਸ ਦਾ ਵਿਕਾਸ ਅਜੇ ਹੋ ਰਿਹਾ ਹੈ ਸਭ ਤੋਂ ਪੁਰਾਣਾ ਸੰਸਾਰ ਦਾ ਸੰਵਿਧਾਨ ਜਿਹੜਾ ਹੈ ਇਹ ਹੀ ਹੈ ਤੇ ਆਪਣੇ ਭਾਰਤ ਦਾ ਸਭ ਤੋਂ ਵੱਡਾ ਹੈ ਲੇਕਿਨ ਇੱਥੋਂ ਦਾ ਜਿਹੜਾ ਹੈ ਸਭ ਤੋਂ ਪੁਰਾਣਾ ਸੰਵਿਧਾਨ ਜਿਹੜਾ ਹੈ ਖੁਦ ਪੈਦਾ ਹੁੰਦਾ ਉਹ ਬਣਾਇਆ ਨਹੀਂ ਜਾਂਦਾ ਤਾਂ ਐਦਾਂ ਹੀ ਇੰਗਲੈਂਡ ਦਾ ਸੰਵਿਧਾਨ ਹੈ ਖੁਦ ਪੈਦਾ ਹੋਇਆ ਬਣਾਇਆ ਨਹੀਂ ਗਿਆ ਅਤੇ ਇਹ ਸਦਾ ਵਿਕਾਸਸ਼ੀਲ ਹੈ ਜਿਵੇਂ ਬੱਚਾ ਵਿਕਾਸ ਕਰਦਾ ਓਮੀ ਅਲਿਖਤੀ ਹੈ ਰਿਟਰਨ ਨਹੀਂ ਹੈਗਾ ਇਸ ਲਈ ਸੰਵਿਧਾਨ ਦੀ ਕਾਪੀ ਉਸੇ ਤਰ੍ਹਾਂ ਪ੍ਰਾਪਤ ਨਹੀਂ ਹੋ ਸਕਦੀ ਜਿਵੇਂ ਭਾਰਤ ਅਮਰੀਕਾ ਜਾਪਾਨ ਫਰਾਂਸ ਚੀਨ ਆਦਿ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਕਾਪੀਆਂ ਪ੍ਰਾਪਤ ਹੋ ਜਾਂਦੀਆਂ ਨੇ ਇਹ ਜਿਹੜਾ ਹੈ ਔਰਲ ਹੈ ਰਿਟਰਨ ਨਹੀਂ ਹੈ ਆਪਣੇ ਭਾਰਤ ਦਾ ਤਾਂ ਰਿਟਰਨ ਹੈ ਨਾ ਲੇਕਿਨ ਇੱਥੋਂ ਦਾ ਜਿਹੜਾ ਹੈ ਸੰਵਿਧਾਨ ਰਿਟਰਨ ਨਹੀਂ ਹੈ ਸਿਰਫ ਵਿਕਸਤ ਹੁੰਦਾ ਹੈ ਅਤੇ ਜਿਹੜਾ ਹੈ ਇਹ ਵਿਕਾਸਸ਼ੀਲ ਹੈ ਇਹ ਖੁਦ ਕਹਿੰਦੇ ਪੈਦਾ ਹੋਇਆ ਬਟਨ ਬਣਾਇਆ ਕਿਸੇ ਨੇ ਨਹੀਂ ਸਭ ਤੋਂ ਪੁਰਾਣਾ ਸੰਵਿਧਾਨ ਹੈ ਸਾਰੇ ਸੰਸਾਰ ਦੇ ਸੰਵਿਧਾਨਾਂ ਤੋਂ ਪੁਰਾਣਾ ਹੈ ਸਾਰੇ ਸੰਵਿਧਾਨਾਂ ਦਾ ਜਨਮਦਾਤਾ ਹੈ ਲੱਤ ਕੀ ਲੈ ਪਰਵਰਤਨਸ਼ੀਲ ਹੈ ਇੰਗਲੈਂਡ ਦਾ ਜਿਹੜਾ ਸੰਵਿਧਾਨ ਹੈ ਬਹੁਤ ਪਰਵਰਤਨਸ਼ੀਲ ਹੈ ਇਸੇ ਵਿੱਚ ਪਰਵਰਤਨ ਹੋ ਸਕਦਾ ਹੈ ਇੰਗਲੈਂਡ ਵਿੱਚ ਸੰਸਦ ਜਦ ਚਾਹੇ ਸੰਵਿਧਾਨ ਬਦਲ ਜਾਵੇ ਕੋਈ ਖਾਸ ਢੰਗ ਨਹੀਂ ਅਪਣਾਇਆ ਗਿਆ ਪਰ ਅਗਰ ਕੋਈ ਕਾਨੂੰਨ ਪਾਸ ਹੋ ਜਾਂਦਾ ਤਾਂ ਸੰਵਿਧਾਨ ਵਿੱਚ ਅਮੈਂਡਮੈਂਟ ਹੋ ਸਕਦੀ ਹੈ ਸੀਮਤ ਅਤੇ ਪੈਤ੍ਰਿਕ ਰਾਜਤੰਤਰ ਤਾਂ ਮਤਲਬ ਹੈਰੀਡਿਟਰੀ ਮੋਨਾਰਕੀ ਚੱਲ ਰਹੀ ਹੈ ਲਿਮਿਟਿਡ ਜਿਹੜੇ ਨੇ ਉਹ ਲਿਮਿਟਿਡ ਐਂਡ ਹੈਰੀਡਿਟਰੀ ਮੋਨਾਰਕੀ ਹੈ ਇੱਥੇ ਜਿਹੜਾ ਇਹ ਸੀਮਤ ਦਾ ਰਾਜਤੰਤਰ ਹੈ ਪਹਿਲਾਂ ਚਲਦਾ ਹੁੰਦਾ ਸੀ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਰਾਜੇ ਦਾ ਅਧਿਕਾਰ ਹੁੰਦਾ ਸੀ ਪਰ ਐਸਾ ਹੋਣ ਨਹੀਂ ਹੈ ਰਾਜਾ ਰਾਣੀ ਰਾਜ ਦੇ ਮੁਖੀ ਤਾਂ ਹੈਗੇ ਆ ਇਹ ਪਦ ਜਿਹੜਾ ਹੈ ਉਹ ਪਤ੍ਰਿਕ ਹੈ ਠੀਕ ਹੈ ਪੈਟਰੀ ਆਰਕੀ ਮਤਲਬ ਹੈਰੀਡਿਟਰੀ ਹੈ ਪਰ ਰਾਜਾ ਰਾਣੀ ਜਿਹੜੇ ਨੇ ਉਹਨਾਂ ਦੇ ਨਾਮ ਤੇ ਸ਼ਾਸਨ ਜ਼ਰੂਰ ਚੱਲਦਾ ਹੈ ਪਰ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਖੁਦ ਨਹੀਂ ਕਰ ਸਕਦੇ ਸਿਰਫ ਮੰਤਰੀ ਮੰਡਲ ਦੀ ਸਲਾਹ ਦੇ ਨਾਲ ਹੀ ਉਹ ਸ਼ਾਸਨ ਚਲਾਉਂਦੇ ਨੇ ਇਕਾਤਮਕ ਸੰਵਿਧਾਨ ਹੈ ਠੀਕ ਹੈ ਜਿਸ ਦਾ ਅਰਥ ਹੈ ਕੇਂਦਰ ਦੇ ਕੋਲ ਸਾਰੀਆਂ ਸ਼ਕਤੀਆਂ ਨੇ ਅਤੇ ਜਿਵੇਂ ਮਰਜ਼ੀ ਚਾਹੇ ਕੇਂਦਰ ਇਸ ਨੂੰ ਯੂਜ਼ ਕਰਦਾ ਹੈ ਸੈਂਟਰ ਅਤੇ ਮੰਤਰੀ ਮੰਡਲ ਹੀ ਇਸ ਨੂੰ ਯੂਜ਼ ਕਰਦੇ ਆ ਤੇ ਮੰਤਰੀ ਮੰਡਲ ਦੇ ਵਿੱਚ ਸੰਸਦ ਦੇ ਕੋਲ ਹੀ ਸਾਰੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੋ ਵੀ ਸ਼ਕਤੀਆਂ ਰਾਜੇ ਰਾਣੀ ਕੋਲ ਲੈਣੀ ਹੈਗੀਆਂ ਸੰਸਦੀ ਸਰਕਾਰ ਹੈ ਜਿਵੇਂ ਆਪਾਂ ਪਿੱਛੇ ਵੀ ਪੜਿਆ ਸੰਸਦੀ ਸਰਕਾਰ ਨੂੰ ਇਹਨਾਂ ਨੇ ਅਪਣਾਇਆ ਕਾਰਜਪਾਲਿਕਾ ਵਿਧਾਨਪਾਲਿਕਾ ਦਾ ਗੂੜਾ ਜਿਹੜਾ ਹੈ ਸਬੰਧ ਹੈ ਬਾਦਸ਼ਾਹ ਰਾਜਦਾ ਅਧਿਅਕਸ਼ ਰਾਜ ਦਾ ਮੁਖੀ ਹੈ ਸਾਰਾ ਕੰਮ ਜਿਹੜਾ ਹੈ ਉਸ ਦੇ ਨਾਂ ਤੇ ਚੱਲਦਾ ਹੈ ਪਰ ਨਾ ਮਾਤਰ ਦਾ ਮੁਖੀ ਹੈ ਜਿਵੇਂ ਕਿ ਆਪਣੀ ਜਿਹੜਾ ਹੈ ਰਾਸ਼ਟਰਪਤੀ ਹੈ ਅਸਲ ਵਿੱਚ ਉਸ ਦੇ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਹੈ ਪ੍ਰਧਾਨ ਮੰਤਰੀ ਮੰਤਰੀ ਮੰਡਲ ਕਰਦੇ ਨੇ ਅਤੇ ਮੰਤਰੀ ਮੰਡਲ ਦੇ ਮੈਂਬਰ ਅਦੋਂ ਤੱਕ ਆਪਣੇ ਪਦ ਤੇ ਰਹਿੰਦੇ ਨੇ ਜਦੋਂ ਤੱਕ ਇਹ ਲੋਕ ਸਦਨ ਯਾਨੀ ਕਿ ਹਾਊਸ ਆਫ ਕਾਮਨਸ ਦਾ ਵਿਸ਼ਵਾਸ ਇਹਨਾਂ ਤੇ ਰਹੇ ਜਿਵੇਂ ਆਪਣੀ ਲੋਕ ਸਭਾ ਹੈਗੀ ਹੈ ਠੀਕ ਹੈ ਉਹ ਸੇਮ ਐਜ਼ ਇਟ ਇਜ਼ ਲੋਕ ਸਦਨ ਜਦੋਂ ਵੀ ਚਾਹੇ ਅਵਿਸ਼ਵਾਸ ਪੱਤਰ ਪਾਸ ਕਰਕੇ ਮੰਤਰੀ ਮੰਡਲ ਨੂੰ ਆਪਣੇ ਅਹੁਦੇ ਤੋਂ ਹਟਾ ਸਕਦਾ ਹੈ ਦੋ ਸਦਨੀ ਪ੍ਰਣਾਲੀ ਇੱਥੇ ਮੇਨਲੀ ਦੋ ਸਦਨੀ ਸੰਸਦ ਹੈ ਇੱਕ ਜਿਹੜਾ ਹੈ ਹਾਊਸ ਆਫ ਲੋਰਡਸ ਹੈ ਇੱਕ ਹਾਊਸ ਆਫ ਕਾਮਨਸ ਹੈ ਜਿਹੜਾ ਹਾਊਸ ਆਫ ਕਾਮਨਸ ਹੈ ਉਹ ਸਭ ਤੋਂ ਜ਼ਿਆਦਾ ਜਿਹੜੇ ਆਪਾਂ ਕਹਿ ਸਕਦੇ ਹਾਂ ਸ਼ਕਤੀਸ਼ਾਲੀ ਹੈ ਭਾਵੇਂ ਜਿਹੜਾ ਹੈ ਲੋਰਡ ਸਦਨ ਦੀ ਸਥਾਪਨਾ ਪਹਿਲਾਂ ਹੋਈ ਸੀ ਠੀਕ ਹੈ ਪਰ ਜ਼ਿਆਦਾ ਸ਼ਕਤੀਸ਼ਾਲੀ ਹਾਊਸ ਆਫ ਕਾਮਨਸ ਯਾਨੀ ਕਿ ਲੋਕ ਸਦਨ ਹੈ ਸੰਸਦ ਦੀ ਸਰਵਉੱਚਤਾ ਇੰਗਲੈਂਡ ਦੇ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਕਿ ਸੰਸਦ ਜਿਹੜੀ ਹੈ ਸਰਵਉੱਚ ਹੈ ਹਰੇਕ ਕਾਨੂੰਨ ਪਾਸ ਕਰ ਹੋ ਸਕਦੀ ਹੈ ਕਾਨੂੰਨ ਨੂੰ ਰੱਦ ਸੰਸਦ ਕਰ ਸਕਦੀ ਹੈ ਕਾਨੂੰਨ ਬਣਾਉਣ ਦਾ ਹੱਕ ਵੀ ਸੰਸਦ ਕੋਲੇ ਕਾਨੂੰਨ ਭੰਗ ਕਰਨ ਦਾ ਰੱਦ ਕਰਨ ਦਾ ਬਣਾਉਣ ਦਾ ਸਾਰੇ ਹੱਕ ਇਹਦੇ ਕੋਲੇ ਮਿਸ਼ਰਤ ਸੰਵਿਧਾਨ ਹੈ ਰਾਜਤੰਤਰ ਵੀ ਇੱਥੇ ਕੁਲੀਨ ਤੰਤਰ ਵੀ ਇੱਥੇ ਠੀਕ ਹੈ ਅਤੇ ਪ੍ਰਜਾਤੰਤਰ ਵੀ ਇੱਥੇ ਮਤਲਬ ਰਾਜਿਆਂ ਦਾ ਵੀ ਤੰਤਰ ਚੱਲ ਰਿਹਾ ਹੈ ਲੋਕਤੰਤਰ ਵੀ ਚੱਲ ਰਿਹਾ ਹੈ ਪ੍ਰਜਾਤੰਤਰ ਅਤੇ ਨਾਲ ਕੁਲੀਨ ਤੰਤਰ ਵੀ ਚੱਲ ਰਿਹਾ ਤਾਂ ਮਿਕਸ ਹੈ ਤਿੰਨਾ ਦਾ ਇੱਥੇ ਰਾਜਾ ਹਾਊਸ ਆਫ ਲੋਰਡਸ ਵੀ ਜਿਹੜੇ ਅਮੀਰ-ਮੂਰ ਲੋਕ ਹੁੰਦੇ ਨੇ ਠੀਕ ਹੈ ਨੋਬਲ ਪੀਪਲ ਹਾਊਸ ਆਫ ਕਾਮਨਸ ਜਿਹੜੇ ਕਾਮਨ ਪੀਪਲ ਆ ਤੇ ਰਾਜੇ ਸਾਰੇ ਜਿਹੜੇ ਨੇ ਇੱਥੇ ਮਿਲ ਕੇ ਸਰਕਾਰ ਚਲਾਉਂਦੇ ਨੇ ਦੋ ਦਲ ਪ੍ਰਣਾਲੀ ਹੈ ਪਿੱਛੇ ਵੀ ਪੜਿਆ ਇੱਕ ਲੇਬਰ ਪਾਰਟੀ ਹੈ ਇੱਕ ਕਨਜ਼ਰਵੇਟਿਵ ਪਾਰਟੀ ਹੈ ਅਤੇ ਜਿਹੜੇ ਦਲ ਜਿੱਤਦਾ ਹੈਗਾ ਉਸੇ ਦਾ ਬਹੁਮਤ ਹੁੰਦਾ ਹੈ ਅਤੇ ਨਾਲ ਉਹੀ ਰਾਜ ਕਰਦਾ ਹੈ ਕਾਨੂੰਨ ਦਾ ਸ਼ਾਸਨ ਜਿਹੜਾ ਹੈਗਾ ਇੱਥੇ ਕਾਨੂੰਨ ਦਾ ਸ਼ਾਸਨ ਹੈ ਅਤੇ ਇੱਕ ਵਿਅਕਤੀ ਰਾਜੇ ਦੀ ਮਰਜ਼ੀ ਜਾਂ ਇੱਕ ਵਿਅਕਤੀ ਦੀ ਮਰਜ਼ੀ ਨਾਲ ਨਹੀਂ ਚੱਲਦਾ ਸਾਰੇ ਵਿਅਕਤੀਆਂ ਦੀ ਇੱਛਾ ਦੇ ਨਾਲ ਚੱਲਦਾ ਹੈ ਕਰਾਊਨ ਅਤੇ ਰਾਜੇ 'ਚ ਅੰਤਰ ਇੰਗਲੈਂਡ ਦੇ ਸੰਵਿਧਾਨ ਦੀ ਹੋਰ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਕਰਾਊਨ ਅਤੇ ਰਾਜੇ 'ਚ ਅੰਤਰ ਹੈ ਰਾਜਾ ਇੱਕ ਵਿਅਕਤੀ ਹੈ ਜਦਕਿ ਕਰਾਊਨ ਇੱਕ ਸੰਸਥਾ ਰਾਜ ਦੀ ਮੌਤ ਹੁੰਦੀ ਹੈ ਪਰ ਕਰਾਊਨ ਜਿਹੜਾ ਹੈ ਚੱਲਦਾ ਰਹਿੰਦਾ ਹੈ ਰਾਜੇ ਦੀਆਂ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਹੈ ਕਰਾਊਨ ਜਿਸ ਦੇ ਸਿਰ ਤੇ ਕਰਾਊਨ ਯਾਨੀ ਕਿ ਤਾਜ ਹੈ ਉਹੀ ਸ਼ਕਤੀਆਂ ਦਾ ਯੂਜ਼ ਕਰੇਗਾ ਪਰੰਪਰਾਵਾਦੀ ਹੈ ਰਸਮ ਰਿਵਾਜਾਂ ਤੇ ਜਿਹੜਾ ਹੈ ਇੱਥੋਂ ਦਾ ਸੰਵਿਧਾਨ ਆਧਾਰਿਤ ਹੈ ਹਰੇਕ ਜਿਹੜਾ ਹੈ ਰਾਜਾ ਕਿਸੇ ਵੀ ਬਿਲ ਤੇ ਆਪਣੀ ਵਿਟੋ ਪਾਵਰ ਚੂਜ਼ ਨਹੀਂ ਕਰ ਸਕਦਾ ਲੋਕ ਸਭਾ ਵਿੱਚ ਜਿਹੜੇ ਦਲ ਨੂੰ ਬਹੁਮਤ ਪ੍ਰਾਪਤ ਹੋਏਗਾ ਉਹ ਦਲ ਦਾ ਨੇਤਾ ਪ੍ਰਧਾਨ ਮੰਤਰੀ ਬਣੇਗਾ ਅਤੇ ਲੋਕ ਸਭਾਨ ਪ੍ਰਤੀ ਜਵਾਬਦੇਹ ਹੋਊਗਾ ਤਾਂ ਐਦਾਂ ਜਿਹੜਾ ਹੈ ਇੱਥੋਂ ਦੀ ਸਰਕਾਰ ਚੱਲਦੀ ਹੈ ਉਸ ਤੋਂ ਵਾਚ ਹੈ ਨਾਗਰਿਕ ਸੁਤੰਤਰਤਾਵਾਂ ਨਾਗਰੀਕਾਂ ਨੂੰ ਆਜ਼ਾਦੀ ਹੈ ਸੁਤੰਤਰਤਾ ਜਿਹੜੀ ਹੈਗੀ ਹੈ ਇੰਨੀਆਂ ਜ਼ਿਆਦਾ ਪ੍ਰਾਪਤ ਨਹੀਂ ਪਰ ਇੰਗਲੈਂਡ ਦੇ ਨਾਗਰੀਕਾਂ ਨੂੰ ਉਹ ਸੁਤੰਤਰਤਾ ਪ੍ਰਾਪਤ ਨੇ ਜਿੰਨੀਆਂ ਕਿ ਬਾਕੀ ਦੇਸ਼ਾਂ ਦੇ ਾਨੂੰ ਨੇ ਸੰਵਿਧਾਨ ਅਲਿਖਤ ਹੈ ਪਰ ਕਿਤੇ ਜਿਹੜਾ ਹੈ ਸੁਤੰਤਰਤਾ ਬਾਰੇ ਲਿਖਿਆ ਨਹੀਂ ਪਰ ਉਹਵੇਂ ਦੀਆਂ ਹੀ ਮਿਲਦੀਆਂ ਨੇ ਜਿਵੇਂ ਬਾਕੀ ਨਾਗਰੀਕਾਂ ਨੂੰ ਬਾਕੀ ਦੇਸ਼ਾਂ ਦੇ ਇਹਨੂੰ ਮਿਲਦੀਆਂ ਸਿਧਾਂਤ ਅਤੇ ਵਿਹਾਰ ਵਿੱਚ ਅੰਤਰ ਇੱਥੇ ਸਿਧਾਂਤ ਤੇ ਵਿਹਾਰ ਵਿੱਚ ਅੰਤਰ ਹੈ ਜਿਹੜੀ ਗੱਲ ਨਜ਼ਰ ਆਉਂਦੀ ਹੈ ਉਹ ਹੈ ਨਹੀਂ ਅਤੇ ਜਿਹੜੀ ਗੱਲ ਨਹੀਂ ਨਜ਼ਰ ਆਉਂਦੀ ਉਹ ਹੈਗੀ ਹੈ ਸਿਧਾਂਤਕ ਰੂਪ ਦੇ ਵਿੱਚ ਜੇ ਅਸੀਂ ਕਹੀਏ ਤਾਂ ਸਾਰੀਆਂ ਸ਼ਕਤੀਆਂ ਬਾਦਸ਼ਾਹ ਨੂੰ ਪ੍ਰਾਪਤ ਹੈ ਪਰ ਬਾਦਸ਼ਾਹ ਅਸਲ ਵਿੱਚ ਇਸ ਚੀਜ਼ ਨੂੰ ਯੂਜ਼ ਹੀ ਨਹੀਂ ਕਰ ਸਕਦਾ ਨਿਆਂਪਾਲਿਕਾ ਸੁਤੰਤਰ ਹੈ ਅਤੇ ਇਹ ਨਿਰਪੱਖ ਹੈ ਜਿਹੜੇ ਇੰਗਲੈਂਡ ਦੇ ਨਿਆਧਿਸ਼ ਜੱਜ ਨੇ ਉਹ ਆਪਣੀ ਨਿਰਪੱਖਤਾ ਕਰਕੇ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਨੇ ਨਿਆਧਿਸ਼ਾਂ ਦੁਆਰਾ ਜਿਹੜੇ ਜੱਜ ਨੇ ਉਹ ਕੀ ਕਰਦੇ ਨੇ ਨਿਰਮਤ ਸੰਵਿਧਾਨ ਮਤਲਬ ਉਸ ਦੇ ਅਕੋਰਡਿੰਗ ਹੀ ਆਪਣੇ ਅਕੋਰਡਿੰਗ ਜਿਹੜਾ ਹੈ ਕਾਨੂੰਨ ਬਣਾਉਂਦੇ ਨੇ ਪਰ ਕਾਨੂੰਨ ਦੀ ਵਿਆਖਿਆ ਜਿਹੜੀ ਆ ਕਰਦੇ ਆ ਪਰ ਇਹ ਕਾਨੂੰਨ ਜਿਹੜੇ ਆ ਰਿਟਰਨ ਨਹੀਂ ਆ ਆਰਗੇਨਾਈਜ਼ਡ ოਪੋਜੀਸ਼ਨ ਸੰਗਠਿਤ ਵਿਰੋਧੀ ਦਲ ਇੰਗਲੈਂਡ ਦੇ ਵਿੱਚ ਜਿਹੜਾ ਹੈ ਸੰਗਠਿਤ ਵਿਰੋਧੀ ਦਲ ਹੈ ਵਿਰੋਧੀ ਦਲ ਦੇ ਨੇਤਾ ਕੈਬਨਿਟ ਮੰਤਰੀ ਨੂੰ ਬਰਾਬਰ ਵੇਤਨ ਅਤੇ ਭੱਤੇ ਮਿਲਦੇ ਨੇ ਰਾਜਾ ਰਾਣੀ ਦਾ ਭਾਸ਼ਣ ਵੀ ਹੁੰਦਾ ਸੰਸਦ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਉਸ ਪਾਸੇ ਇੱਕ ਪਾਸੇ ਖੜਾ ਰਹਿੰਦਾ ਦੂਜੇ ਪਾਸੇ ਜਿਹੜਾ ਵਿਰੋਧੀ ਦਲ ਦੇ ਨੇਤਾ ਹੁੰਦੇ ਤੇ ਸਾਹਮਣੇ ਰਾਜਾ ਜਾਂ ਰਾਣੀ ਹੁੰਦੇ ਨੇ ਠੀਕ ਹੈ ਤਾਂ ਇਹ ਆਪਾਂ ਨੇ ਜਿਹੜੀਆਂ ਹੈਗੀਆਂ ਆਪਾਂ ਨੇ ਕੀਤੀਆਂ ਨੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਰਦੇ ਆ ਕਿ ਸੰਸਦੀ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਤਾਂ ਸੰਸਦੀ ਪ੍ਰਸ਼ਾਸਨ ਪ੍ਰਣਾਲੀ ਦਾ ਅਰਥ ਕੀ ਹੈਗਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਚੂੜਾ ਸਬੰਧ ਹੈ ਸੰਸਦੀ ਸਰਕਾਰ ਸ਼ਾਸਨ ਦੀ ਉਹ ਪ੍ਰਣਾਲੀ ਹੈ ਜਿਸ ਵਿੱਚ ਕਾਰਜਪਾਲਿਕਾ ਯਾਨੀ ਕਿ ਮੰਤਰੀ ਮੰਡਲ ਸਾਰੇ ਆਪਣੇ ਕੰਮ ਕਰਦੇ ਆ ਅਤੇ ਸੰਸਦ ਪ੍ਰਤੀ ਉਤਰਤਾਈ ਹੁੰਦੇ ਆ ਜਦੋਂ ਤੱਕ ਉਹ ਆਪਣੇ ਪਦ ਤੇ ਰਹਿੰਦੀ ਹੈ ਜਦ ਤੱਕ ਉਸ ਨੂੰ ਸੰਸਦ ਦਾ ਵਿਸ਼ਵਾਸ ਜਿਹੜਾ ਪ੍ਰਾਪਤ ਰਹਿੰਦਾ ਹੈ ਜਿਸ ਸਮੇਂ ਕਾਰਜਪਾਲਿਕਾ ਸੰਸਦ ਦਾ ਵਿਸ਼ਵਾਸ ਗੁਆ ਬੈਠਦੀ ਹੈ ਤਾਂ ਕਾਰਜਪਾਲਿਕਾ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ ਸੰਸਦੀ ਸਰਕਾਰ ਨੂੰ ਉਤਰਦਾਈ ਸਰਕਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸਰਕਾਰ ਆਪਣੇ ਸਾਰੇ ਕੰਮਾਂ ਲਈ ਸੰਸਦ ਪ੍ਰਤੀ ਜਵਾਬ ਦੇਉਂਦੇ ਤਾਂ ਸਾਰੇ ਕੰਮਾਂ ਦੇ ਪ੍ਰਤੀ ਸੰਸਦ ਨੂੰ ਸੰਸਦ ਦੇ ਪ੍ਰਤੀ ਜਵਾਬਦੇ ਹੋਣਾ ਪੈਂਦਾ ਹੈ ਇਸ ਸਰਕਾਰ ਨੂੰ ਕੈਬਨਿਟ ਸਰਕਾਰ ਵੀ ਕਿਹਾ ਜਾਂਦਾ ਕਿਉਂਕਿ ਕਾਰਜਪਾਲਿਕਾ ਦੀਆਂ ਸ਼ਕਤੀਆਂ ਜਿਹੜੀਆਂ ਨੇ ਕੈਬਨਿਟ ਦੁਆਰਾ ਵਰਤੀਆਂ ਜਾਂਦੀਆਂ ਨੇ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਸਦੀ ਸਰਕਾਰ ਜਿਹੜੀ ਹੈ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਅਪਣਾਈ ਗਈ ਸੀ ਪਰ ਅੱਜ ਜਿਹੜਾ ਹੈ ਬਹੁਤ ਸਾਰੇ ਦੇਸ਼ ਜਿਹੜੇ ਨੇ ਸੰਸਦੀ ਸਰਕਾਰ ਜਿਹੜੀ ਹੈ ਇੱਥੇ ਮਿਲਦੀ ਹੈ ਫੋਰ ਐਗਜ਼ਾਮਪਲ ਜਾਪਾਨ ਚ ਕੈਨੇਡਾ ਨਾਰਵੇ ਸਵੀਡਨ ਭਾਰਤ ਚ ਹੁਣ ਸੰਸਦੀ ਸ਼ਾਸਨ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਬ੍ਰਿਟਿਸ਼ ਦੇ ਵਿੱਚ ਰਾਜਾ ਨਾਮਾਤਰ ਦਾ ਮੁਖੀ ਹੈ ਠੀਕ ਹੈ ਸਾਰਾ ਅਸਲੀ ਕਰਤਾ ਤਰ ਤੱਕ ਕੌਣ ਹੈ ਮੰਤਰੀ ਮੰਡਲ ਤਾਂ ਮੰਤਰੀ ਮੰਡਲ ਦਾ ਸੰਸਦ ਦੇ ਨਾਲ ਗੂੜਾ ਸਬੰਧ ਹੈ ਕਿਉਂਕਿ ਇੰਗਲੈਂਡ ਦਾ ਜਿਹੜਾ ਸੰਵਿਧਾਨ ਹੈ ਅਲਿਖਤੀ ਹੈ ਤਾਂ ਸ਼ਕਤੀ ਦੀ ਵੰਡ ਦਾ ਸਿਧਾਂਤ ਇਹਦੇ ਵਿੱਚ ਨਹੀਂ ਹੈ ਪਰ ਇਹ ਦੋਨੋਂ ਆਪਸ ਵਿੱਚ ਜਿਹੜੇ ਨੇ ਮੰਤਰੀ ਮੰਡਲ ਤੇ ਸੰਵਿਧਾਨ ਗੂੜੇ ਜੁੜੇ ਹੋਏ ਨੇ ਮੰਤਰੀ ਮੰਡਲ ਦੇ ਮੈਂਬਰ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ ਅਤੇ ਜੇਕਰ ਉਹ ਕਿਸੇ ਵੀ ਸਦਨੇ ਮੈਂਬਰ ਹੋਣੇ ਜ਼ਰੂਰੀ ਨੇ ਸਨ ਪ੍ਰਧਾਨ ਮੰਤਰੀ ਦੀ ਇਕਾਈ ਇੰਗਲੈਂਡ ਦੇ ਵਿੱਚ ਜਿਹੜਾ ਹੈ ਸੰਸਦੀ ਸ਼ਾਸਨ ਵਿਵਸਥਾ ਹੈਗੀ ਹੈ ਤਾਂ ਪ੍ਰਧਾਨ ਮੰਤਰੀ ਵੀ ਲੀਡਰਸ਼ਿਪ ਕਰਦਾ ਹੈ ਹਾਊਸ ਆਫ ਕਾਮਨਸ ਦੇ ਵਿੱਚ ਬਹੁਦਲ ਦਾ ਨੇਤਾ ਹੋਣ ਕਰਕੇ ਇਹ ਸਦਨ ਦਾ ਨੇਤਾ ਵੀ ਕਹਾਉਂਦਾ ਅਸਲੀ ਕਾਰਜ ਕਰਤਾ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਠੀਕ ਹੈ ਅਤੇ ਉਸੇ ਦੀ ਸਲਾਹ ਨਾਲ ਹੋਰ ਮੰਤਰੀ ਵੀ ਕੰਮ ਕਰਦੇ ਨੇ ਨਾ ਮਾਤਰ ਮੁਖੀ ਕੌਣ ਹੁੰਦਾ ਹੈ ਰਾਜਾ ਰਾਜਨੀਤਿਕ ਇਕਰੂਪਤਾ ਪਾਈ ਜਾਂਦੀ ਹੈ ਸਾਰਿਆਂ ਦੇ ਵਿੱਚ ਰਾਜਨੀਤਿਕ ਇਕਰੂਪਤਾ ਵਿਚਾਰ ਇੱਕ ਪਾਏ ਜਾਂਦੇ ਨੇ ਗੋਪਤ ਭੇਤ ਸੀਕਰੇਸੀ ਤਾਂ ਜਿੰਨੀ ਵੀ ਕਾਰਵਾਈ ਹੋਏਗੀ ਉਹ ਗੁਪਤ ਰੱਖੀ ਜਾਂਦੀ ਹੈ ਪ੍ਰਾਈਵੇਟ ਬੈਠਿੰਗਸ ਬੈਠਕਾਂ ਹੁੰਦੀਆਂ ਨੇ ਮੀਟਿੰਗਸ ਹੁੰਦੀਆਂ ਨੇ ਦੋ ਸਦਨੀ ਪ੍ਰਣਾਲੀ ਆਪਾਂ ਹੁਣੇ ਕਰਕੇ ਹਟੇ ਹਾਊਸ ਆਫ ਕਾਮਨਸ ਹਾਊਸ ਆਫ ਲੋਰਡਸ ਦੋ ਜਿਹੜੀਆਂ ਨੇ ਉੱਥੇ ਸਦਨ ਪ੍ਰਣਾਲੀਆਂ ਪਾਈਆਂ ਜਾਂਦੀਆਂ ਨੇ ਸੰਸਦ ਦੀ ਸਰਵਉੱਚਤਾ ਸੰਸਦ ਸਭ ਤੋਂ ਉੱਚਾ ਹੈ ਸੰਸਦ ਹੀ ਹਰੇਕ ਕਾਨੂੰਨ ਪਾਸ ਕਰਦਾ ਹੈ ਕਾਨੂੰਨ 'ਚ ਸ਼ੋਸ਼ੋਧਨ ਕਰਦਾ ਹੈ ਕਾਨੂੰਨ ਰੱਦ ਕਰਦਾ ਹੈ ਸਾਰੀਆਂ ਸ਼ਕਤੀਆਂ ਸੰਸਦ ਦੇ ਕੋਲ ਹੁੰਦੀਆਂ ਨੇ ਠੀਕ ਹੈ ਪ੍ਰਧਾਨ ਮੰਤਰੀ ਜਿਹੜਾ ਹੈ ਕਾਮਨ ਸਦਨ ਨੂੰ ਭੰਗ ਕਰ ਸਕਦਾ ਹੈ ਠੀਕ ਹੈ ਤਾਂ ਇੰਗਲੈਂਡ ਦੇ ਵਿੱਚ ਸੰਸਦੀ ਸਰਕਾਰ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਰਾਜੇ ਦੀ ਸਲਾਹ ਲੈ ਕੇ ਕਾਮਨ ਸਦਨ ਨੂੰ ਭੰਗ ਕਰਵਾ ਸਕਦਾ ਹੈ ਅਵਿਸ਼ਵਾਸ ਦਾ ਮਤਾ ਜਿਹੜਾ ਹੈ ਪਾਸ ਕਰ ਸਕਦਾ ਹੈ ਮੰਤਰੀਆਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ ਮੰਤਰੀ ਮੰਡਲ ਨੂੰ ਹਰੇਕ ਨੂੰ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਜਾਂਦੀ ਹੈ ਮੰਤਰੀ ਮੰਡਲ ਦੀ ਮਿਆਦ ਜਿਹੜੀ ਹੈ ਟਾਈਮ ਪੀਰੀਅਡ ਨਿਸ਼ਚਿਤ ਨਹੀਂ ਹੈ ਅਦੋਂ ਤੱਕ ਆਪਣੀ ਪਦਵੀ ਤੇ ਮੰਤਰੀ ਮੰਡਲ ਰਹਿੰਦਾ ਜਦ ਤੱਕ ਕਾਮਨ ਸਦਨ ਵਿੱਚ ਬਹੁਮਤ ਪ੍ਰਾਪਤ ਹੈ ਹੇਠਲੇ ਸਦਨ ਦੀ શ્રેਸ਼ਟਾ ਤਾਂ ਕਾਮਨ ਹਾਊਸ ਆਫ ਕਾਮਨ ਜਿਹੜਾ ਹੈ ਲੋਅਰ ਹਾਊਸ ਉਸ ਦਾ ਜਿਹੜਾ ਹੈ ਅ શ્રેਸ਼ਟ ਹੁੰਦਾ ਉਹ ਤੇ ਉੱਪਰਲੇ ਸਦਨ ਦੇ ਮੁਕਾਬਲੇ ਜਿਹੜਾ ਹੈ ਸ੍ਰੇਸ਼ਟ ਹੁੰਦਾ ਕਾਮਨ ਸਦਨ ਇਹ ਦੋ ਸਦਨ ਨੇ ਨਾ ਠੀਕ ਹੈ ਇਹ ਜਿਹੜਾ ਸਦਨ ਹੈ ਹਾਊਸ ਆਫ ਕਾਮਨਸ ਜਾਂ ਫਿਰ ਕਾਮਨਸ ਤਾਂ ਇਹ ਜਿਹੜਾ ਹੈ ਸ੍ਰੇਸ਼ਟ ਹੁੰਦਾ ਦੋ ਦਲੀ ਪ੍ਰਣਾਲੀ ਮਿਲਦੀ ਆ ਆਪਾਂ ਹੁਣੇ ਪਿੱਛੇ ਆ ਪੜ ਕੇ ਉਟਿਆਂ ਕਿ ਇੰਗਲੈਂਡ ਵਿੱਚ ਸੰਸਦੀ ਸਰਕਾਰ ਹੈ ਦੋ ਦਲ ਜਿਹੜੇ ਨੇ ਹੁੰਦੇ ਨੇ ਅਤੇ ਕਨਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ਹੈ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆ ਨਵੇਂ ਵੀਡੀਓ ਦੇ ਨਾਲ